ਦੇ ਵਿੱਚ ਅਤੇ ਚੱਲ ਕੇ ਤੁਹਾਨੂੰ ਚੈੱਕ ਕਰਾਉਂਦੇ ਪਏ ਹਾਂ ਬਈ ਜਿਹੜੀਆਂ ਵੱਲਾਂ ਨੁਕਸਾਨ ਕਰ ਗਈ ਇਸੇ ਮਾਸ਼ਾ ਅੱਲਾਹ ਟੋਕਾ ਟੁਕਾ ਰਹੇ ਹਾਂ ਨਾਲ ਦਾ ਟੋਰਾ ਚੈੱਕ ਕਰੇ ਵੱਡਾ ਦਾਨ ਜਾਂਦੇ ਆਉਂਦੇ ਆ ਅਤੇ ਉਹ ਵੇਚ ਛੋੜੇ ਆ ਫਿਰ ਬਿਸਮਿਲ੍ਲਾ ਰਹਿਮਾਨ ਰਹੀਮ ਦੋਸਤੋ ਆਏ ਵੇਖ ਲਓ ਮੋਟਰ ਚਲਾਵਾਂ ਕਪਾਹ ਨੂੰ ਪਾਣੀ ਲਾਊ ਵਾਸਤੇ ਮੋਟਰ ਚਲਾ ਕੇ ਅਸਾਂ ਹੁਣ ਆ ਗਏ ਹਾਂ ਪੱਠੇ ਜਾਮਣੇ ਹਨ ਮਾਲ ਵਾਸਤੇ ਬਾਲ ਵਡੇਂਦੇ ਵਧਣ ਅਤੇ ਚੱਲ ਕੇ ਪੱਠੇ ਚਵੇਂਦੇ ਹਾਂ ਪੱਠੇ ਚਵਾ ਕੇ ਅਤੇ ਕੁਤਰਾ ਸ਼ੁਤਰਾ ਮਾਲ ਨੂੰ ਕਰਕੇ ਉਹ ਪੈਂਦੇ ਹਾਂ ਲੇਕਿਨ ਤੁਹਾਨੂੰ ਦੋਸਤ ਗੁੱਡ ਨਿਊਜ਼ ਇੱਕ ਵੱਡਾ ਬਾਈ ਟਰੈਕਟਰ ਲਾ ਕੇ ਆਇਆ ਵਾ ਤਾਂ ਟਰੈਕਟਰ ਦੇ ਉੱਤੇ ਪੱਠੇ ਲੱਡੀ ਜਾਂਦਾ ਮਾਸ਼ਾ ਅੱਲਾਹ ਨਹੀਂ ਤਾਂ ਮੈਨੂੰ ਘਲਿਆਂ ਸਿਰ 'ਤੇ ਡਾਉਣੇ ਪਵੇ ਨਾ ਅਸਲਾਮ ਅਲੈਕੁਮ ਦੋਸਤੋ ਕੀ ਹਾਲ ਉਮੀਦ ਕਰਦੇ ਹਾਂ ਫਿਟ ਫਾਟ ਹੋ ਸੋ ਅਤੇ ਤੁਸਾਂ ਵੇਖਦੇ ਪਏ ਹੋ ਸਾਡਾ ਆਪਣਾ ਯੂਟਿਊਬ ਚੈਨਲ ਨਸੀਬ ਆਪਣਾ ਟੀ ਵੀ ਅਤੇ ਮੈਂ ਤੁਹਾਡਾ ਆਪਣਾ ਵੀਰਾ ਸਵਰ ਖਾਨ ਬਲੋਚ ਅਤੇ ਅੱਜ ਦਾ ਦੇਸੀ ਅਤੇ ਮਜ਼ੇਦਾਰ ਵਲੌਗ ਕਰਨ ਦੇ ਪਏ ਹਾਂ ਸ਼ੁਰੂ ਜਿਹੜੇ ਜਿਹੜੇ ਵੀਰਾ ਚੈਨਲ 'ਤੇ ਨਵੇਂ ਹੋ ਜਲਦੀ ਜਲਦੀ ਮਾਰੋ ਚੈਨਲ ਸਬਸਕ੍ਰਾਈਬ ਅਤੇ ਅੱਜ ਦਾ ਦੇਸੀ ਅਤੇ ਮਜ਼ੇਦਾਰ ਵਲੌਗ ਕਰਨ ਦੇ ਪਏ ਹਾਂ ਸਟਾਰਟ ਅਤੇ ਸ਼ੁਕਰ ਹੈ ਮੈਨੂੰ ਤਕਰੀਬਨ ਡੋਮਣੇ ਪਵੇ ਨਾ 15 ਤੋਂ 20 ਡੰਗਰਾਂ ਦੇ ਪੱਠੇ ਸਿਰ 'ਤੇ ਲੇਕਿਨ ਮੇਰੇ ਆਉਣ ਤੋਂ ਪਹਿਲੇ ਬਾਈ ਆ ਟਰੈਕਟਰ ਲਾ ਕੇ ਆਇਆ ਵਾ ਅਤੇ ਉਹਦੇ ਉੱਤੇ ਪੱਠੇ ਲੱਡੀ ਵਾ ਤੁਹਾਨੂੰ ਚੈੱਕ ਕਰਾਈਨਾ ਅੱਗਾ ਮੰਨ ਕੇ ਇਹ ਦੋਸਤੋ ਚੈੱਕ ਕਰ ਸਕਦੇ ਹੋ ਪੱਠੇ ਮਗਰੋਂ ਲੱਡੇ ਵੈਂਦੇ ਨੇ ਇੱਕ ਥੱਬੀ 2, 3, 4 ਅਤੇ 5 ਥੱਬੀਆਂ ਲੱਡੀ ਵੈਂਦਾ ਅਤੇ 1-2 ਮੋੜ ਆ ਕੇ ਚੈਸੋ ਸ਼ੁਕਰ ਹੈ ਆਪਣੀ ਜਾਨ ਛੁੱਟੀ ਨਹੀਂ ਤਾਂ ਇਹ ਸਿਰ 'ਤੇ ਡੋਮਣੇ ਪਵੇ ਨਾ ਅਤੇ ਇਹ ਸਾਰਾ ਜਨਾਬ ਵਾਲੀ ਜੰਤਰ ਇਹ ਵੀ ਆ ਮੇਰੇ ਪਿੱਛੇ ਚੈੱਕ ਕਰ ਸਕਦੇ ਹੋ ਅਤੇ ਜੰਤਰ ਦਾ ਜਿਹੜਾ ਵਜ਼ਨ ਹੁੰਦਾ ਹੈ ਉਹ ਬੜਾ ਬੜਾ ਹੈਵੀ ਹੁੰਦਾ ਹੈ ਸਿਰ ਵੀ ਦਰਦ ਕਰਨ ਲੱਗ ਪੈਂਦਾ ਅਤੇ ਮਾਸ਼ਾ ਅੱਲਾਹ ਆਪਣੀ ਜਾਨ ਛੁੱਟੀ ਬੰਨੇ ਤੋਂ ਵੇਖਦੇ ਪਏ ਹਾਂ ਗੱਡੀ ਕਿਵੇਂ ਟੱਪਦੀ ਹੈ ਅੱਗੇ ਸਿੱਧੀ ਟਪੈਂਦਾ ਵੀ ਆਈ ਬੰਨੇ ਤੋਂ ਸਿੱਧੀ ਅਤੇ ਗੱਡੀ ਜੰਪ ਮਾਰੇ ਆ ਮਾਸ਼ਾ ਅੱਲਾਹ ਟੱਪ ਗਈ ਹੈ ਉਹ ਹੈਗ ਢਾਏ ਪਈ ਹੈ ਉਹ ਢਾਏ ਪਈ ਦੀ ਪੱਠੇ ਥੱਲੇ ਢਾਏ ਪੈ ਨਹੀਂ ਉਹ ਪੱਠੇ ਲਾ ਕੇ ਬਾਈ ਆ ਜਾ ਰਹੀ ਆਏ ਘਰ ਅਤੇ ਮੈਂ ਕੱਲ੍ਹ ਆਪਣਾ ਬੀਜਾ ਦਾਣੇ ਵਾਲਾ ਬੀਜਾ ਭਰਾਇਆ ਸੀ ਅਤੇ ਉਹਨੂੰ ਥੋੜ੍ਹੀ ਜਿਹੀ ਖਾਦ ਸੱਟੀ ਆਈ ਚੱਲ ਕੇ ਉਹਦੀ ਪੁਜ਼ੀਸ਼ਨ ਵੇਹਨੇ ਆਏ ਬਾਈ ਕਿਹੜੀ ਸੂਰਤ ਹਾਲ ਹੈ ਚੇ ਪਈ ਆ ਅਤੇ ਬਾਕੀ ਇੱਕ ਹੋਰ ਚੀਜ਼ ਅੱਜ ਤੁਹਾਨੂੰ ਦੁਬਾਰਾ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਵੀ ਖਾਈਏ ਅਤੇ ਅੱਜ ਮੋੜੋ ਦੁਬਾਰਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਖਾਈ ਨਾ ਤੁਹਾਡੇ ਨਾਲ ਸ਼ੇਅਰ ਕਰਿਆ ਚੱਲਦੇ ਹਾਂ ਹੁਣ ਅਗਾਂ ਬੀਜੇ ਦੇ ਵਿੱਚ ਘੁੰਮ ਘੁੰਮਾ ਕੇ ਦੋਸਤੋ ਪਹੁੰਚ ਆਇਆ ਬੀਜੇ ਦੇ ਵਿੱਚ ਅਤੇ ਬੀਜਾ ਬੜਾ ਖੂਬਸੂਰਤ ਅਤੇ ਗਰੀਨਰੀ 'ਚ ਵੀ ਆ ਮਾਸ਼ਾ ਅੱਲਾਹ ਚੈੱਕ ਕਰੋ ਕਿਆ ਹੀ ਬਾਤ ਹੈ ਸੁਬਹਾਨ ਅੱਲਾਹ ਇਹਨੂੰ ਮੈਂ ਕੱਲ੍ਹ ਖਾਦ ਪਾਈ ਆਈ ਪਾਣੀ ਲਾ ਜਾਈ ਪਾਣੀ ਲਾ ਕੇ ਅਤੇ ਵਾ ਤੈਨੂੰ ਖਾਦ ਪਾਈ ਆਈ ਮੈਂ ਕਿਹਾ ਥੋੜ੍ਹਾ ਜਿਹਾ ਜਲਦੀ ਤਿਆਰ ਹੋਵੇ ਕਿਉਂਕਿ ਉੱਤੋਂ ਟਾਈਮ ਥੋੜ੍ਹਾ ਹੈ 6ਵੇਂ ਮਹੀਨੇ ਦੀ ਅੱਜ 15 ਤਰੀਕ ਯਾਨੀ ਕਿ ਜੂਨ ਦੀ ਅੱਜ 15 ਤਰੀਕ ਹੋ ਗਈ ਹੈ ਅਤੇ ਬਾਕੀ ਗਰੀਨਰੀ ਚੈੱਕ ਕਰੋ ਮੇਰੇ ਬੈਕ ਸਾਈਡ 'ਤੇ ਮਾਸ਼ਾ ਅੱਲਾਹ ਕਿਆ ਹੀ ਬਾਤ ਹੈ ਜ਼ਬਰਦਸਤ ਗਾਓ ਤਾਂ ਵੱਤ ਗਾਓ ਹੁੰਦੇ ਨਾ ਮਾਸ਼ਾ ਅੱਲਾਹ ਅਤੇ ਬਾਕੀ ਦੋਸਤੋ ਤੁਹਾਨੂੰ ਚੈੱਕ ਕਰਾਈਏ ਇੱਥੇ ਮੈਂ ਅੱਗੇ ਵੀ ਵੀਡੀਓ ਬਣਾ ਛੋੜਿਆ ਸੇ ਸਾਨੂੰ ਦਲੀਲ ਕੀਤੀ ਖੋਤੀ ਹੈ ਚੈੱਕ ਕਰਨੇ ਆ ਹੁਣ ਇਹਨਾਂ ਖੁੱਡਾਂ ਦੇ ਵੀ ਰਾਂਦੀ ਪਈ ਹੈ ਜਾਂ ਕਾਹ ਨਹੀਂ ਰਾਂਦੀ ਪਈ ਸਬਜ਼ੀ ਦੀਆਂ ਮੇਰੀਆਂ ਵੱਲਾਂ ਪਈਆਂ ਹਨ
ਕੱਦੂ ਵਗੈਰਾ ਅਤੇ ਪੇਠਾ ਸ਼ੇਠਾ ਅਤੇ ਇਸ ਬੰਨ ਕੇ ਉਸ ਮੁੱਢੂ ਵੱਲਾਂ ਕੱਟ ਸਟੀਆਂ। ਮਾਸ਼ਾਅੱਲਾ ਆਹ ਚੈੱਕ ਕਰੋ, ਆਹ ਖੁੱਡ ਪਈ ਹੈ, ਲੇਕਿਨ ਇਹਦੇ ਵਿੱਚ ਹੁਣ ਰਿਹਾ ਸ਼ਿਕਾਇ ਨਹੀਂ। ਇਸ ਦੇ ਵਿੱਚ ਮੈਂ ਬੜੀ ਮਿਹਨਤ ਕਰਕੇ ਅਤੇ ਵੱਲੀਆਂ ਜਿਹੜੀਆਂ ਹਨ ਪਈਆਂ ਸਬਜ਼ੀ ਦੀਆਂ ਪਾਲੀਆਂ ਬੜੀਆਂ ਔਖੀਆਂ, ਦੋ ਖੁੱਡਾਂ ਇਹ ਪਈਆਂ ਨੂੰ ਚੈੱਕ ਕਰੋ, ਇਹਨਾਂ ਦੇ ਵਿੱਚ ਵੀ ਕਾਜ ਨਹੀਂ। ਘਰ ਦੀ ਸਬਜ਼ੀ ਆਪਣੀ ਬਣਾਈ ਹੋਈ ਆ ਬੜੀ ਖੂਬਸੂਰਤ, ਅਤੇ ਇਸ ਆ ਕੇ ਤਬਾਹ ਕਰ ਦਿੱਤੀ ਹੈ। ਇੱਕ ਖੁੱਡ ਇਹ ਪਈ ਹੈ, ਇਹਦੇ ਵਿੱਚ ਵੀ ਕਾਸ਼ਾ ਕਾਜ ਨਹੀਂ। ਇੱਕ ਖੁੱਡ ਹੋਰ ਪਈ ਹੈ, ਉਹ ਚੈੱਕ ਕਰਨੇ ਆ, ਉਹਦੇ ਵਿੱਚ ਨਹੀਂ ਰਹਿੰਦੀ ਪਈ। ਮੁੜ ਚੱਲ ਕੇ ਤੁਹਾਨੂੰ ਵਿਖਾਈਨੇ ਆ ਜਿਹੜੀਆਂ ਸਾਡੀਆਂ ਵੱਲਾਂ ਨੁਕਸਾਨ ਕੀਤੀਆਂ ਸਬਜ਼ੀ ਦੀਆਂ। ਹੁਣ ਵੱਲਾਂ ਨੁਕਸਾਨ ਕਰਕੇ ਉਸ ਤੋਂ ਬਾਅਦ ਕਪਾਹ ਦੇ ਡੋਡੇ ਲੱਗੇ ਪੈਣ ਤਕਰੀਬਨ, ਉਹ ਹੁਣ ਕੱਟਣੇ ਸ਼ੁਰੂ ਕਰਦੇ ਆਪਣੇ। ਪਹਿਲੇ ਇਧਲੀ ਖੁੱਡ ਚੈੱਕ ਕਰੀਏ, ਜ਼ਲੀਲ ਕਰ ਮਾਰੇ ਆ। ਇਹ ਖੁੱਡ ਦੋਸਤੋ ਇਹ ਪਈ ਹੈ, ਇਹਦੇ ਵਿੱਚ ਹੀ ਕਾਜ ਨਹੀਂ, ਇੱਥੇ ਰਿਹਾਇਸ਼ ਇਹਦੀ ਕਾਜ ਨਹੀਂ। ਹੁਣ ਇੱਥੋਂ ਰਿਹਾਇਸ਼ ਖਤਮ ਹੋ ਗਈ ਹੈ, ਤੁਹਾਨੂੰ ਜ਼ੂਮ ਕਰਕੇ ਚੈੱਕ ਕਰਾਵਾਂ। ਸਾਹਮਣੇ ਕਮਾਨ ਨਜ਼ਰ ਆਉਂਦਾ ਪਈ ਸੀ, ਇਹ ਵਾਲਾ ਜਿਹੜਾ ਕਮਾਨ ਦੇ, ਇਸ ਕਮਾਨ ਦੇ ਵਿੱਚ ਹੁਣ ਇਹਦੀ ਰਿਹਾਇਸ਼ ਇਹ ਪਈ, ਨਹਿਰ ਟੱਪਦੀ ਪਈ ਹੈ ਸਾਡੇ ਨਾਲ, ਇਹ ਪਰੂ ਸਾਹਮਣੇ ਨਹਿਰ ਦੀ ਮਣ ਦੇ ਨਾਲ ਇਸ ਖੁੱਡ ਮਾਰੀ ਹੋਈ ਹੈ। ਹੁਣ ਉੱਥੇ ਰਿਹਾਇਸ਼ ਰੱਖੀ ਹੋਈ ਹੈ, ਇਸ ਇੱਥੋਂ ਨਿਕਲ ਗਈ ਹੈ ਜਿੱਦਾਂ ਦੇ ਮੈਂ ਇਹਨਾਂ ਖੁੱਡਾਂ ਦੇ ਵਿੱਚ ਪਾਣੀ ਪਾਇਆ ਹੈ। ਪੀਟਰ ਦੀ ਹਾਲਤ ਦੋਸਤੋ ਚੈੱਕ ਕਰੋ, ਜਿੱਦਾਂ ਦੇ ਸੋਲਰ ਆਏ ਨੇ ਪੀਟਰ ਸ਼ੋਦੇ ਰੋਂਦੇ ਖਲੋਤੇ ਨੇ। ਕਿਉਂ ਰੋਂਦੇ ਖਲੋਤੇ ਨੇ? ਇਹਨਾਂ ਦੀ ਹਿਫਾਜ਼ਤ ਕਾਜ ਨਹੀਂ, ਇਹਨਾਂ ਨੂੰ ਕੋਈ ਗੇੜਾ ਨਹੀਂ ਮਰਿਆਂਦਾ, ਇਹਨਾਂ ਨੂੰ ਕੋਈ ਪੁਜੈਂਦਾ ਨਹੀਂ, ਇਹਨਾਂ ਦੇ ਕੋਈ ਉੱਤੇ ਕੱਪੜਾ ਨਹੀਂ ਪੈਂਦਾ, ਇਹਨਾਂ ਦੀ ਹਾਲਤ ਤਾਂ ਖਰਾਬ ਹੋਈ ਪਈ ਹੈ। ਅਤੇ ਬਾਕੀ ਚੱਲਦੇ ਪਏ ਹੁਣ ਅਗਾਂਹ ਤੁਹਾਨੂੰ ਵਿਖਾਈਨੇ ਆ ਜਿਹੜੀਆਂ ਸੇ ਵੱਲਾਂ ਕੱਟ ਗਈ ਹੈ। ਦੋਸਤੋ ਗੁੰਮ ਘੁੰਮਾ ਕੇ ਪਹੁੰਚ ਆਇਆ ਕਪਾਹ ਦੇ ਵਿੱਚ, ਅਤੇ ਚੱਲ ਕੇ ਤੁਹਾਨੂੰ ਚੈੱਕ ਕਰਾਉਂਦੇ ਪਏ ਹਾਂ ਬਈ ਜਿਹੜੀਆਂ ਵੱਲਾਂ ਨੁਕਸਾਨ ਕਰ ਗਈ ਹੈ, ਸੇ ਕੀਤੀ ਸਾਨੂੰ ਜ਼ਲੀਲ ਖਲੋਤੀ ਹੈ, ਅਤੇ ਤੁਹਾਨੂੰ ਹੁਣ ਚੈੱਕ ਕਰਾਉਂਦੇ ਹਾਂ। ਮਾਸ਼ਾਅੱਲਾ ਕਪਾਹ ਬੜੀ ਖੂਬਸੂਰਤ ਪਈ ਹੈ ਦੋਸਤੋ, ਇਹ ਚੈੱਕ ਕਰ ਸਕਦੇ ਹੋ। ਇਹ ਇੱਕ ਵੱਲ ਆਈ ਹੈ ਤਬਾਹ ਕਰ ਛੋੜੀ ਸੀ, ਬਰਬਾਦ ਕਰ ਛੋੜੀ ਸੀ, ਇਹ ਐ ਵੇਖ ਲਓ, ਇਹ ਐ ਵੇਖ ਲਓ, ਮੁੱਢੂ ਕੱਪ ਸੱਟੀ ਸੂ। ਇੱਕ ਇਹ ਵੱਲ ਆਈ, ਦੂਜੀ ਦੋਸਤੋ ਇਹ ਵੱਲ ਆਈ, ਇਹ ਚੈੱਕ ਕਰੋ, ਇਹ ਕੱਪ ਛੋੜੀ ਸੂ, ਇਹ ਉੱਤੇ ਕੱਦੂ ਲੱਗਾ ਪੀ ਆਈ, ਇਹ ਵੱਲ ਹੀ ਸੁੱਕ ਗਈ ਹੈ। ਹੁਣ ਬਾਕੀ ਜਿਹੜੀਆਂ ਇਹ ਪਈਆਂ ਨੇ, ਇਹਨਾਂ ਦੇ ਉੱਤੇ ਡਿੰਗਰ ਮਾਰੇ ਨੇ, ਅਤੇ ਉਹ ਉੱਤੇ ਕੱਪੜਾ ਬੱਧਾ, ਅਤੇ ਹੋਰ ਵੀ ਅੱਗਾਂ ਕਾਫੀ ਸਾਰੀਆਂ ਵੱਲਾਂ ਦੋ ਤਰ੍ਹਾਂ ਪਈਆਂ ਜਿਹੜੀਆਂ ਉਹ ਇਸ ਕੱਪ ਸਟੀਆਂ, ਅਤੇ ਬੜਾ ਇਸ ਪਰੇਸ਼ਾਨ ਕੀਤਾ ਹੋਇਆ ਸਾਨੂੰ। ਇਹਨੂੰ ਜਦ ਤੱਕ ਮਾਰੀਏ ਨਾ ਇਹ ਸਾਨੂੰ ਜ਼ਲੀਲ ਕਰਨਾ। ਹੁਣ ਕਪਾਹ ਚੈੱਕ ਕਰੋ, ਤੁਹਾਨੂੰ ਵਿਖਾਈਏ ਡੋਡੇ ਲਈ ਖਲੋਤੀਏ, ਯਾਨੀ ਕਿ ਡੇਨੂੰ ਬਹੁਤ ਕਾਫੀ ਵੱਡੇ ਵੱਡੇ, ਐਂ ਵੇਖ ਲਓ। ਹੁਣ ਇਸ ਇਹਦੇ ਉੱਤੇ ਹਮਲਾ ਕਰਨਾ ਇਹਨਾਂ ਡੋਡਿਆਂ ਦੇ ਉੱਤੇ, ਡੋਡਿਆਂ ਨੂੰ ਕਚਰੇ ਸੀ, ਨੁਕਸਾਨ ਕਰੇ ਸੀ, ਅਤੇ ਬਰਬਾਦ ਕਰੇ ਸੀ, ਹੁਣ ਇਹਦੇ ਉੱਤੇ ਹਮਲਾ ਕਰੇ ਸੀ, ਅਤੇ ਇਹਦੇ ਨਾਲ ਕਾਹੀ ਨਾ ਕਾਹੀ ਸਾਨੂੰ ਕਰਨੀ ਪਉਂਸੀ, ਜਾਂ ਇਹਨੂੰ ਮਾਰਨਾ ਪਉਂਸੀ, ਜਾਂ ਇਹਦੇ ਉੱਤੇ ਰਾਤੀ ਭਾਰਾ ਦੇਣਾ ਪਉਂਸੀ, ਜਿਵੇਂ ਕਿਵੇਂ ਕਰਕੇ ਇਹਨੂੰ ਮਾਰਨਾ ਪਉਂਸੀ ਤਾਂ ਸਾਡੀ ਜਾਨ ਛੁੱਟਦੀ ਨੇ, ਤਾਂ ਵਰਨਾ ਇਹ ਸਾਡੀ ਜਾਨ ਨਹੀਂ ਛੁੱਟਦੀ ਹੈ। ਕਪਾਹ ਵੇਖ ਲਓ ਕਿਤਨੀ ਖੂਬਸੂਰਤ ਪਈ ਹੈ, ਅਤੇ ਇਹਨੂੰ ਇਸ ਹੁਣ ਬਰਬਾਦ ਕਰਨਾ। ਬਾਕੀ ਦੋਸਤੋ ਉਮੀਦ ਕਰਨੇ ਆ ਸਾਡਾ ਜਿਹੜਾ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਓ ਸੀ। ਮਾਸ਼ਾਅੱਲਾ। ਬਾਕੀ ਦੋਸਤੋ ਮਾਹੌਲ ਚੈੱਕ ਕਰੋ, ਦੋਸਤੋ ਇਹ ਕੁਝ ਦੋਸਤ ਸਾਡੇ ਆਏ, ਇੰਨਾ ਮੰਗਿਆ ਲਸੂੜਾ ਹੈ, ਲਸੂੜਾ ਖਲੋਤਾ ਹੈ ਬਈ ਅਚਾਰ ਵਾਸਤੇ,
ਤੇ ਅਸਾਂ ਕਿਹਾ ਆ ਜਾਓ, ਲਸੂੜਾ ਤਾਂ ਪੱਕਾ ਖਲੋਤਾ ਹੈ ਉੱਤੇ, ਥੋੜ੍ਹੇ ਨਾਰਮਲ ਹਨ ਬਈ, ਕੁਝ ਅਚਾਰ ਦੇ ਲੈ ਕੇ ਨੇ ਤਾਂ ਲਸੂੜਾ ਪਹਿਲੇ ਪੱਕ ਚੁੱਕਾ। ਅਤੇ ਇਹਨਾਂ ਨੂੰ ਆਖਿਆ ਆ ਕੇ ਪੱਟ ਲਓ, ਅਤੇ ਇਹ ਆਏ ਖਲੋਤੇ ਨੂੰ ਜਨਾਬ ਵਾਲੀ ਪਟੇਂਦੇ ਪੈਣ ਅਚਾਰ ਵਾਸਤੇ, ਬਾਕੀ ਲਸੂੜਾ ਮੁਕੰਮਲ ਜਿਹੜਾ ਹੈ ਪੱਕ ਚੁੱਕਾ ਹੈ। ਆਇਆ ਤੂੰ ਚੈੱਕ ਕਰਾਈਏ, ਇਹ ਆਏ ਵੇਖ ਲਓ ਪੱਕ ਤੇ ਤਿਆਰ ਹੋ ਚੁੱਕਾ, ਯਾਨੀ ਕਿ ਖਾਵਣ ਦਾ ਬਣ ਗਿਆ ਮਿੱਠਾ ਅਚਾਰ, ਤੂੰ ਕੰਮ ਭਾਰ ਹੋ ਗਈ ਹੈ। ਅਤੇ ਇਹਨਾਂ ਨੂੰ ਅਸਾਂ ਨਾ ਨਹੀਂ ਕੀਤੀ, ਆ ਜਾਓ ਮੈਂ ਕਿਹਾ ਤਸੱਲੀ ਨਾਲ ਚੈੱਕ ਕਰਕੇ ਅਤੇ ਆਪ ਪੜ੍ਹ ਲਓ। ਬਾਕੀ ਦੋਸਤੋ ਉਮੀਦ ਕਰਦੇ ਹਾਂ ਸਾਡਾ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਓ ਸੀ, ਅਗਰ ਪਸੰਦ ਆਇਓ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ ਸੋ, ਅਤੇ ਵੱਧ ਮਿਲਸਾਂ ਨੈਕਸਟ ਵਲੌਗ ਦੇ ਵਿੱਚ। ਤਬ ਤੱਕ ਕੇ ਲੀਏ ਅੱਲਾ ਹਾਫਿਜ਼।